ਪ੍ਰੋਗਰਾਮ 1 ਟੂ 1 ਵਿੱਚ ਮੈਂ ਦਰਸ਼ਨ ਸਿੰਘ ਖੋਕਰ ਤੁਹਾਡਾ ਸਵਾਗਤ ਕਰਦਾ ਗੱਲ ਕਰਾਂਗੇ ਪੰਜਾਬ ਦੇ ਮੌਜੂਦਾ ਮਾਹੌਲ ਦੀ ਪੰਜਾਬ ਦੇ ਵਿੱਚ ਇੱਕ ਵਰਤਾਰਾ ਸਿਰਜਿਆ ਗਿਆ ਇਹ ਵਿਖਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਵੱਖਵਾਦੀ ਲਹਿਰ ਪਣਪ ਰਹੀ ਹੈ ਕੇਂਦਰ ਸਰਕਾਰ ਵੀ ਹਿੱਕ ਠੋਕ ਕੇ ਕਹਿੰਦੀ ਸੀ ਕਿ ਅਸੀਂ ਖਾਲਸਤਾਨੀਆਂ ਨੂੰ ਬਿਲਕੁਲ ਵੀ ਉੱਠ ਨਹੀਂ ਦੇਣਾ ਨਾਲ ਪੰਜਾਬ ਸਰਕਾਰ ਦੇ ਮੰਤਰੀ ਤੇ ਮੁੱਖ ਮੰਤਰੀ ਵੀ ਕਹੇ ਕਹਰੇ ਸਨ ਕਿ ਅਸੀਂ ਖਾਲਸਤਾਨ ਬਣ ਨਹੀਂ ਦੇਣਾ ਪਰ ਦੂਜੇ ਪਾਸੇ ਮਸਲਾ ਹੋ ਰਿਹਾ ਹੈ ਕਿ ਕੀ ਇਹ ਵਰਤਾਰਾ ਜਾਣਬੁੱਝ ਕੇ ਸਿਰਜਿਆ ਗਿਆ ਜਾਂ ਫਿਰ ਵਕਈ ਇੱਥੇ ਖਾਲਸਤਾਨ ਦੀ ਕੋਈ ਲਹਿਰ ਸੀ ਹੁਣ ਨੌਜਵਾਨਾਂ ਤੇ ਜੋ ਐਨਐਸਏ ਲਗਾ ਗਿਆ ਉਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਗਏ ਨੇ ਉਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਪੁੱਤ ਦੀ ਕਸਟਡੀ ਦੇ ਵਿੱਚ ਕੀ ਕਿਸੇ ਉਸ ਵਿਅਕਤੀ ਦੀ ਇੰਟਰਵਿਊ ਕਰਵਾਈ ਜਾ ਸਕਦੀ ਹੈ ਜੋ ਐਨਐਸਏ ਜੀ ਤੇ ਲੱਗਿਆ ਹੋਵੇ ਇਹਦੇ ਬਾਰੇ ਗੱਲ ਕਰਾਂਗੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨਾਲ ਜੋ ਪੰਜਾਬ ਦੇ ਸਾਰੇ ਵਰਤਾਰੇ ਤੇ ਲੰਮੇ ਸਮੇਂ ਤੋਂ ਤੇ ਇਸ ਤਰ੍ਹਾਂ ਨਿਗ੍ਹਾ ਰੱਖਦੇ ਨੇ ਸਿੱਧੂ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸਿੱਧੂ ਸਾਹਿਬ ਕੀ ਲੱਗਦਾ ਕਿ ਇਸ ਵਰਤਾਰੇ ਨੂੰ ਆਪਾਂ ਕਹ ਲਈਏ ਕਿ ਪੱਤਰਕਾਰ ਦੀ ਜਿਹੜੀ ਨਜ਼ਰ ਹੁੰਦੀ ਆ ਤੀਜੀ ਇੱਕ ਹੋਰ ਐਂਗਲ ਤੋਂ ਦੇਖਦੇ ਆ ਕਿਸੇ ਵੀ ਵਰਤਾਰੇ ਨੂੰ ਇਸ ਵਰਤਾਰੇ ਨੂੰ ਤੁਸੀਂ ਕਿਸ ਐਂਗਲ ਤੋਂ ਦੇਖਦੇ ਆ ਕਿ ਵਰਤਾਰਾ ਕਿਨੇ ਖੜਾ ਕੀਤਾ ਤੇ ਕਿਉਂ ਕੀਤਾ ਦੇਖੋ ਬਿਲਕੁਲ ਕਲੀਅਰ ਗੱਲ ਆ ਪੰਜਾਬ ਦੇ ਵਿੱਚ ਕੋਈ ਲਹਿਰ ਦੀ ਗੱਲ ਛੱਡੋ ਖਾਲਸਪੁਰ ਦੀ ਪੰਜਾਬ ਦੇ ਵਿੱਚ ਕੋਈ ਜਥੇਬੰਦੀ ਵੀ ਹੈ ਨਹੀਂ 10 ਬੰਦਿਆਂ ਦੀ ਓਪਨ ਜਾਂ ਅੰਡਰਗਰਾਊਂਡ ਜਿਹੜੀ ਖਾਲਸਤਾਨ ਲਈ ਲੜ ਰਹੀ ਹੋਵੇ ਜੇ ਜੇ ਕਿਤੇ ਖਾਲਸਤਾਨ ਦੀ ਕੋਈ ਗੱਲ ਕਰਦੇ ਵੀ ਹੈ ਤਾਂ ਉਹ ਜਿਵੇਂ ਹੁਣ ਇਥੇ ਅਮਰਤਪਾਲ ਨੇ ਕੀਤਾ ਸੀ ਮੈਂ ਅਮਰਤ ਸ਼ਿਕਾਰਿਆ ਹਾਂ ਆ ਮੈਂ ਮੈਂ ਅਮਰਤ ਸ਼ਿਕਾਰਿਆ ਤੇ ਮੈਂ ਹੁਣ ਨਸ਼ੇ ਛੁਡਾ ਰਿਹਾ ਹਾਂ ਕਿਉਂ ਨਹੀਂ ਕਹਿੰਦਾ ਮੈਂ ਖਾਲਸਤਾਨ ਦੀ ਮੂਵਮੈਂਟ ਲੜ ਰਿਹਾ ਹਾਂ ਜੇ ਉਹਦੇ ਚ ਇਸ ਕਿਸਮ ਦੀ ਖਾਲਸਤਾਨ ਦੀ ਮੂਵਮੈਂਟ ਹੁੰਦੀ ਜਾਂ ਕੋਈ ਲਹਿਰ ਹੁੰਦੀ ਜਾਂ ਇਹਦਾ ਕੋਈ ਪੋਲੀਟੀਕਲ ਲੋਕਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਖਿੱਚ ਹੁੰਦੀ ਹੈ ਇਸ ਦੇ ਪ੍ਰਤੀ ਇਸ ਕਰਕੇ ਇਹ ਇਹ ਤਾਂ ਹੈ ਨਹੀਂ ਹੈ ਉਹੀ ਵੀ ਇਹਨਾਂ ਨੇ ਖਾਲੀ ਬਿਲਕੁਲ ਹਵਾ ਚੋਂ ਬਿਲਕੁਲ ਸ਼ੂਨਿਆਂ ਚੋਂ ਇਹ ਸਾਰਾ ਕੁਝ ਵੈਕੂਮ ਚੋਂ ਸਾਰਾ ਕੁਝ ਕੱਢ ਕੇ ਇਹ ਖੜਾ ਕਰਨ ਦੀ ਕੋਸ਼ਿਸ਼ ਕੀਤੀ ਆ ਖੜਾ ਕਰਨ ਦਾ ਕੀ ਆ ਅੱਜ ਦੇ ਯੁੱਗ ਦੇ ਵਿੱਚ ਤੁਹਾਡੇ ਪ੍ਰੋਪਾਗੈਂਡਾ ਬਹੁਤ ਵੈਲਿਊ ਕਰਦਾ ਤੁਸੀਂ ਪ੍ਰੋਪਾਗੈਂਡਾ ਕਿਸ ਕੰਮ ਲਈ ਕਰਦੇ ਹੋ ਇਸ ਕੰਮ ਲਈ ਵੀ ਪ੍ਰਪੋਗੈਂਡਾ ਸ਼ੁਰੂ ਕਰ ਦਿੰਦੇ ਉਹ ਵੀ ਇਹ ਬੜਾ ਇਮੋਸ਼ਨਲ ਇਸ਼ੂ ਹੈ ਤੇ ਤੁਸੀਂ ਇਹਦੇ ਉੱਤੇ ਲੋਕਾਂ ਦਾ ਧਿਆਨ ਇਧਰ ਨੂੰ ਖਿੱਚ ਲਓ ਤੇ ਜਿਹੜੇ ਤੁਹਾਡੇ ਹੋਰ ਕਿਤੇ ਇਕਨੋਮਿਕ ਇਸ਼ੂ ਹੈ ਕੋਈ ਅਨਪਲਾਈਮੈਂਟ ਹੈ ਕੋਈ ਹੋਰ ਬਹੁਤ ਸਮੱਸਿਆਵਾਂ ਹੈ ਪੰਜਾਬ 'ਚ ਹਰ ਥਾਰ-ਸਾਂ ਦੇਸ਼ ਦੇ ਵਿੱਚ ਸਮੱਸਿਆਵਾਂ ਹਨ ਉਹਨਾਂ ਤੋਂ ਲੋਕਾਂ ਦਾ ਆਰਥਿਕ ਸਮੱਸਿਆਵਾਂ ਤੋਂ ਉਹਨਾਂ ਦਾ ਧਿਆਨ ਲਾਂਬੇ ਹੋ ਜੇ ਤੇ ਇਹ ਵੀ ਕੀਤਾ ਜਾਂਦਾ ਇਸ ਕਰਕੇ ਪ੍ਰਪੋਗੈਂਡਾ ਇਸ ਜਿਹੜਾ ਹੈਗਾ ਵਰਤਾਰਾ ਸਿਰਜਿਆ ਗਿਆ ਏਜ ਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਕੱਠੇ ਮਿਲ ਕੇ ਚੱਲਦੇ ਨੇ ਜਦੋਂ ਲੋਕ ਕਹਿਣ ਲੱਗੋ ਕਿ ਲੱਗ ਪੈ ਨੇ ਕਿ ਆਮ ਆਦਮੀ ਪਾਰਟੀ ਤਾਂ ਬੀਜੇਪੀ ਦੀ 2 ਟੀਮ ਹੈ ਕਿ ਵਕਈ ਇਹਨਾਂ ਦਾ ਇਕੱਠਿਆਂ ਦਾ ਕੋਈ ਜੋ ਮਿਲ ਕੇ ਕੋਈ ਐਕਸ਼ਨ ਕਰਨਾ ਇਹਦੇ ਪਿੱਛੇ ਵੀ ਕੋਈ ਰਾਜ ਹੈ ਵੇਖੋ ਬਿਲਕੁਲ ਕਲੀਅਰ ਆ ਵੀ 2 ਮਾਰਚ ਨੂੰ ਅਮਿਤ ਸ਼ਾਹ ਨਾਲ ਭਗਵੰਤ ਮਾਨ ਦੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਹੀ ਸਾਰਾ ਕੁਝ ਸ਼ੁਰੂ ਹੋਇਆ 2 ਤੋਂ ਬਾਅਦ ਪਲਾਨ ਬਣਨੇ ਲੱਗੇ ਉਸ ਤੋਂ ਬਾਅਦ ਜੀ 20 ਵਾਲਿਆਂ ਦਾ ਇੱਥੇ ਪ੍ਰੋਗਰਾਮ ਅਮਰਸਰ ਚੱਲ ਰਿਹਾ ਸੀ ਉਹਦੀ ਵੇਟ ਕੀਤੀ ਗਈ ਜੀ 20 ਦੀਆਂ ਹਜੇ ਕਈ ਮੀਟਿੰਗਾਂ ਹਜੇ ਰਹਿੰਦੀਆਂ ਸੀ ਅਮਰਸਰ ਦੇ ਵਿੱਚ ਉਦੋਂ ਹੀ 18 ਮਾਰਚ ਨੂੰ ਕੰਮ ਸ਼ੁਰੂ ਕਰਤਾ ਇਹਨਾਂ ਨੇ ਫੜੋਫੜਾਈ ਦਾ ਫੜਿਆ ਨਹੀਂ ਭਜਾਇਆ ਅੱਗੇ-ਅੱਗੇ ਭਜਾਇਆ ਜਾਂ ਅੱਗੇ-ਅੱਗੇ ਲੁਪਤ ਕੀਤਾ ਜਾਂ ਕੋਈ ਸਾਂਝਾ ਮਤਲਬ ਕਿ ਫ੍ਰੈਂਡਲੀ ਮੈਚ ਖੇਡਿਆ ਇਹ ਸਾਨੂੰ ਨਹੀਂ ਪਤਾ ਵੀ ਇੰਨਾ ਚੋ ਕੀ ਗੱਲ ਹੋਈ ਆ ਪਰ ਉਹਨਾਂ ਨੇ ਇਮਪ੍ਰੈਸ਼ਨ ਇਹ ਲੋਕਾਂ ਚ ਬਣਦਾ ਵੀ ਇਹ ਫ੍ਰੈਂਡਲੀ ਮੈਚ ਹੈ ਪਰ ਇਸ ਤੋਂ ਪਹਿਲਾਂ ਸਸੋਪਾ ਹੋਰ ਗੱਲ ਕਰੀਏ ਪਪਲ ਪ੍ਰੀਤ ਦੀ ਕੋਈ ਇੰਟਰਵਿਊ ਹੋਈ ਆ ਬਹੁਤ ਸਾਰੀਆਂ ਗੱਲਾਂ ਬਾਹਰ ਆ ਗਈਆਂ ਨੇ ਕੀ ਲੱਗਦਾ ਤੁਹਾਨੂੰ ਕਿ ਪਹਿਲਾਂ ਕਦੇ ਇਸ ਤਰ੍ਹਾਂ ਹੋਇਆ ਕਦੇ ਵੀ ਨਹੀਂ ਹੋਇਆ ਜਿਵੇਂ ਜੋ ਤੁਸੀਂ ਜਿੱਤੇ ਤੇ ਐਨਐਸ ਲਾਇਆ ਇਹਦੇ ਵਿੱਚ ਇਹਨਾਂ ਨੇ ਆਹ ਇਸ ਐਪੀਸੋਡ ਦੇ ਵਿੱਚ ਜਿਹੜਾ 18 ਮਾਰਚ ਨੂੰ ਸੂਚਿਤ ਕੀਤਾ ਉਹਦੇ ਵਿੱਚ 6 7 ਬੰਦੇ ਹੁਣ ਐਨਐਸ ਥੱਲੇ ਕਰਦੇ ਆ ਐਨਐਸਏ ਲਾਤਾ ਸੱਤ ਬੰਦੇ ਪਹਿਲਾਂ ਭੇਜੇ ਸੀ ਇਹ ਅੱਠਵਾਂ ਹੁਣ ਜਾ ਰਿਹਾ ਉੱਥੇ ਪਪਲਪ੍ਰੀਤ ਤੇ ਐਨਐਸਏ ਲਾਤਾ ਐਨਐਸਏ ਲੱਗਣ ਤੋਂ ਬਾਅਦ ਉਸਦੇ ਉਸ ਡਿਟੇਨੀ ਦੀ ਉਸ ਡੈਟੇਨ ਕਿਤੇ ਬੰਦੇ ਦੀ ਕਦੇ ਇੰਟਰਵਿਊ ਨਹੀਂ ਹੁੰਦੀ ਹੂੰ ਤੁਸੀਂ ਇੰਟਰਵਿਊ ਨੂੰ ਮੀਡੀਆ ਤੇ ਇਹਨਾਂ ਨੇ ਅੰਮ੍ਰਿਤਸਰ 에어ਪੋਰਟ ਤੋਂ ਜਦੋਂ ਦਿਬੜੂਗੜ੍ਹ ਲਈ ਆਸਾਮ ਲਈ ਲਿਜਾ ਰਹੇ ਸੀਗੇ ਬਾਈਅਰ ਲਜਾਣਾ ਸੀ ਉੱਥੇ ਹਜੇ ਖੜੇ ਸੀਗੇ ਵੇਟ ਕਰ ਰਹੇ ਸੀ ਤੇ ਉਦੋਂ ਇਹਨਾਂ ਨੇ ਸੋਸ਼ਲ ਮੀਡੀਆ ਤੇ ਉਹਦੀ ਇੰਟਰਵਿਊ ਕਰਵਾ ਦਿੱਤੀ ਚੈਨਲਾਂ ਤੋਂ ਛਪੀ ਆ ਸਾਰੇ ਆਪਣੇ ਮਤਵਲ ਦਾ ਕੰਮ ਗੱਲ ਕਹਾਈ ਸਾਰੀ ਇਹ ਕਦੇ ਵੀ ਨਹੀਂ ਹੋਇਆ ਵੀ ਪੁਲਿਸ ਹੈ ਜਿਹੜੀ ਹਾਈਐਸਟ ਲੈਵਲ ਤੇ ਤੇ ਉਹ ਪੋਲਿਟਿਕਸ ਖੇਡੇ ਪੋਲੀਟੀਸ਼ੀਅਨ ਤਾਂ ਪੋਲਿਟਿਕਸ ਪਲੇ ਕਰਦੇ ਆ ਲੋਕਾਂ ਦਾ ਪਰਸੈਪਸ਼ਨ ਬਣਾਉਂਦੇ ਆ ਪੁਲਿਸ ਦਾ ਕੰਮ ਹੈ ਲਾਰਡ ਆਰਡਰ ਦੇ ਲੈ ਉਹ ਪੋਲੀਟੀਸ਼ੀਅਨ ਨਹੀਂ ਹੈ ਜੇ ਪੁਲਸੀ ਪੋਲੀਟੀਸ਼ੀਅਨਾਂ ਦੀ ਤਰ੍ਹਾਂ ਵਰਤਾਓ ਕਰਨ ਲੱਗ ਜੇ ਉਹ ਤੋਂ ਕਹਾਇਆ ਗਿਆ ਵੀ ਮੈਂ ਜਦੋਂ ਦੀ ਪੁਲਿਸ ਕਹਿੰਦੀ ਆ ਮੈਂ ਉਦੋਂ ਹੀ ਫੜਿਆ ਗਿਆ ਕਦੋਂ ਫੜਿਆ ਗਿਆ ਪੁੱਛਿਆ ਕਹਿੰਦਾ ਜਦੋਂ ਪੁਲਿਸ ਕਹਿੰਦੀ ਆ ਪੁਲਿਸ ਕਹਿੰਦੀ ਆ ਕੱਲ ਫੜਿਆ ਗਿਆ ਹਾਂ ਜੀ ਠੀਕ ਹੈ ਜੇ ਕੱਲ ਕਹਿੰਦੇ ਤਾਂ ਮੈਂ ਕੱਲ ਹੀ ਫੜਿਆ ਗਿਆ ਉਹ ਕਹਿੰਦਾ ਕਿ ਤੱਥੂ ਨੰਗਲ ਤੋਂ ਫੜਿਆ ਗਿਆ ਜਾ ਹਸ਼ਿਆਰਪੁਰ ਤੋਂ ਫੜਿਆ ਗਿਆ ਜਾਂ ਦਿੱਲੀ ਵਾਲੇ ਦਿੱਲੀ ਚ ਕਲੇਮ ਹੋ ਰਿਹਾ ਵੇ ਦਿੱਲੀ ਤੋਂ ਫੜਿਆ ਗਿਆ ਉਹਨੇ ਸਾਰਾ ਕੁਝ ਜੇ ਕਿਤੇ ਭਗਵੰਤ ਮਾਨ ਦੀ ਸਰਕਾਰ ਲੋਕਾਂ ਪ੍ਰਤੀ ਜਵਾਬਦੇਹ ਹੋਏ ਉਹਨੂੰ ਉਹਦੇ ਮਨ ਚ ਥੋੜਾ ਜਿਹਾ ਖਿਆਲ ਹੋਇਆ ਵੀ ਲੋਕ ਇਹਦਾ ਮੈਥੋਂ ਜਵਾਬ ਮੰਗਣਗੇ ਚਲੋ ਲੋਕ ਆਪਦੇ ਤਰੀਕੇ ਨਾਲ ਮੰਗਣਗੇ ਉਹ ਚੋਣਾ ਚ ਮੰਗ ਲੈਣਗੇ ਤਾਂ ਫੇਰ ਇਹ ਕਦੇ ਇਸ ਕਿਸਮ ਦਾ ਕੋਈ ਭਲੇਖੇ ਪਾਉ ਤਰੀਕਾ ਨਹੀਂ ਪੁਲਿਸ ਕਰ ਸਕਦੀ ਸੀ ਉਹਨੂੰ ਲੱਗਦਾ ਵੀ ਮੈਂ ਜੋ ਮਰਜ਼ੀ ਕਰਾਂ ਤੇ ਮੇਰੇ ਮੈਨੂੰ ਜੋ ਮਰਜ਼ੀ ਕਹਿ ਦਈਏ ਲੋਕਾਂ ਦਾ ਕੀ ਪਰਵਾਹ ਹੈ ਹੁਣ ਇਸ ਕਿਸਮ ਦਾ ਐਟੀਟਿਊਡ ਜਿਹੜਾ ਚੱਲ ਰਿਹਾ ਹੈ ਇਸ ਕਰਕੇ ਇਹਨਾਂ ਨੇ ਇਹ ਸੋਚਦੇ ਆ ਵੀ ਅਸੀਂ ਪੋਜ਼ਿਟਿਵ ਸਾਈਡ ਤੇ ਰਹੀਏ ਜੋ ਅਸੀਂ ਕੰਮ ਕੀਤਾ ਠੀਕ ਆ ਲੋਕ ਸਾਡੀ ਨਖੇਦੀ ਨਾ ਕਰਨ ਉਹ ਤੋਂ ਕਹਾਤਾ ਹਾਂਜੀ ਕੱਲ ਫੜਿਆ ਉਹ ਵੀ ਕਹਿੰਦਾ ਮੈਂ ਕੱਲ ਫੜਿਆ ਤੇ ਮੈਂ ਜੀ ਚੜਦੀ ਕਲਾ 'ਚ ਐ ਚੜਦੀ ਕਲਾ 'ਚ ਤਾਂ ਇਹਦਾ ਮਤਲਬ ਵੀ ਤੁਸੀਂ ਚੜਦੀ ਕਲਾ 'ਚ ਲਿਆ ਕੇ ਸਿੱਖਾਂ ਦੇ ਉੱਤੇ ਫੇਰ ਕਿਸੇ ਨਾ ਕਿਸੇ ਲੈਵਲ ਤੇ ਉਹਨੂੰ ਵੱਡੀ ਪੋਜੀਸ਼ਨ 'ਚ ਲਾ ਕੇ ਖੜਾ ਕਰੋਗੇ ਬੱਪਲਪ੍ਰੀਤ ਨੂੰ ਕੀ ਕਰੋਗੇ ਕਿਉਂ ਉਹ ਤੋਂ ਕਹਾਇਆ ਗਿਆ ਵੀ ਚੜਦੀ ਕਲਾ 'ਚ ਐ ਮੈਂ ਇਹ ਕਦੇ ਵੀ ਨਹੀਂ ਹੋਇਆ ਪਰ ਨਾਲ ਸਭ ਪਪਲਪ੍ਰੀਤ ਦੇ ਮਾਤਾ ਦਾ ਉਹਨਾਂ ਦੇ ਹੋਰ ਪਰਿਵਾਰਕ ਮੈਂਬਰਾਂ ਦਾ ਇੱਕ ਪੱਖ ਆ ਉਹ ਕਹਿੰਦੇ ਮਹੀਨੇ ਤੋਂ ਕਰਨੀ ਸੀ ਪਹੁੰਚੇ ਪਪਲਪ੍ਰੀਤ ਪਰ ਪਪਲਪ੍ਰੀਤ ਨੇ ਕੋਈ ਐਮਨ ਦਾ ਗਨਾਹ ਨਹੀਂ ਕੀਤਾ ਕਿ ਉਹਤੇ ਐਨਐਸਏ ਲਾ ਦਿਓ ਕੋਈ ਨਜਾਇਜ਼ ਉਹਦੇ ਕੋਲ ਹਥਿਆਰ ਨਹੀਂ ਸੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿ ਉਹਨੂੰ ਸਿੱਧਾ ਚੱਕ ਕੇ ਸਾਮ ਭੇਜ ਦਿਓ ਪਰਿਵਾਰ ਵਾਲੇ ਵੀ ਦੁਖੀ ਨੇ ਕਿ ਸਾਡੇ ਉਹਨਾਂ ਦੇ ਕਿ ਮੁੰਡੇ ਨੂੰ ਨਜਾਇਜ਼ ਤੌਰ ਤੇ ਪੁਸਤਕਾਂ ਕਰੀ ਇਹਦੇ 'ਚ ਕੋਈ ਸ਼ੱਕ ਨਹੀਂ 6 ਜਾਂ 7 ਬੰਦੇ ਤੇ ਜਿਹੜਾ ਸਨੇ ਪਤ ਪਪਲਪ੍ਰੀਤ ਤੇ ਜਿਹੜਾ ਐਨਐਸਏ ਲਾਇਆ ਇਹਨਾਂ ਦੀ ਕੋਈ ਵੀ ਕੋਈ ਵੀ ਐਸ ਕਿਸਮ ਦਾ ਮਤਲਬ ਕਿ ਕ੍ਰਿਮੀਨਲ ਬੈਕਗ੍ਰਾਉਂਡ ਹੈ ਨਹੀਂ ਕਦੇ ਕੁਛ ਇਹਨਾਂ ਨੇ ਕੀਤਾ ਨਹੀਂ ਨਾ ਹੁਣ ਕੀਤਾ ਕੁਛ ਖਾਲਿਸਤਾਨ ਮੰਗਦੇ ਜਾਂ ਨਾ ਮੰਗਦੇ ਇਹ ਤਾਂ ਉਹਨਾਂ ਦੇ ਵਿਚਾਰ ਦੀ ਗੱਲ ਹੈ ਵਿਚਾਰਾਂ ਦਾ ਪ੍ਰਗਟਾਵਾ ਜਾਂ ਉਸ ਦਾ ਕੋਈ ਐਕਸ਼ਨ ਰੂਪ 'ਚ ਤਾਂ ਹੋਇਆ ਹੀ ਨਹੀਂ ਕਿਤੇ ਤੇ ਫਿਰ ਬਚਾਅ ਮੰਗ ਰਹੇ ਸੀ ਜਾਂ ਨਾ ਮੰਗ ਰਹੇ ਸੀ ਲੋਕਾਂ ਨੂੰ ਇਸ ਤੱਕ ਕੀ ਹੈ ਜਾ ਉਹਨਾਂ ਨੇ ਕੁਛ ਇਸ ਕਿਸਮ ਦੇ ਲਾਅਨ ਆਰਡਰ ਜਾਂ ਪੰਜਾਬ ਵਿੱਚ ਕੋਈ ਇਹੋ ਜਿਹੀ ਐਕਟੀਵਿਟੀ ਤਾਂ ਕੀਤੀ ਨਹੀਂ ਇਸ ਕਰਕੇ ਐਨੇ ਸਿੱਧਾ ਬਣਦਾ ਹੀ ਨਹੀਂ ਉਹਨਾਂ ਤੇ ਇਹ ਜਾਣ ਬੁੱਝ ਕੇ ਇਹਨਾਂ ਨੇ ਜਿਹੜਾ ਨੈਰੇਟਿਵ ਹੈ ਵਰਤਾਂਤ ਹੈ ਵੀ ਇਹ ਪੰਜਾਬ ਨੂੰ ਅੱਗ ਲੱਗੀ ਹੈ ਪੰਜਾਬ ਟੁੱਟ ਰਿਹਾ ਹੈ ਪੰਜਾਬ ਵੱਖਵਾਦੀ ਹੈ ਸਿੱਖ ਆ ਵੱਖਵਾਦੀ ਹੈ ਉਹਦੇ ਉੱਤੇ ਜਿਹੜਾ ਹਿੰਦੂਤਵਾਦ ਨੂੰ ਦੇ ਹਿੰਦੂਤਵਾਦ ਨੂੰ ਪੱਠੇ ਪਾਉਣੇ ਆ ਉਹਦੀ ਸੇਵਾ ਕਰਨੀ ਹੈ ਉਹਦੇ ਕਰਕੇ ਇਹ ਵਰਤਾਂਤ ਖੜਾ ਕੀਤਾ ਹੈ ਉਹ ਕਿਹਾ ਉਹ ਆਪਾਂ ਕਹਿ ਸਕਦਾ ਕਿ ਕਿਸੇ ਇੱਕ ਪਾਰਟੀ ਦਾ ਹੋ ਸਕਦਾ ਜੋ ਹਿੰਦੂਤਵ ਨੂੰ ਉਭਾਰ ਕੇ ਜਾ ਇਹ ਕਹਿ ਕੇ ਕਿ ਧਰਮ ਦੇ ਨਾਂ ਤੇ ਕੁਝ ਮਤਲਬ ਵੰਡੀਆਂ ਵਾ ਕੇ ਵੋਟਾਂ ਹਾਸਲ ਕਰਨਾ ਹੋਵੇ ਪਰ ਪੰਜਾਬ ਸਰਕਾਰ ਦਾ ਇੱਕ ਮਕਸਦ ਹੋਰ ਸੀ ਕਿ ਇਨਵੈਸਟਮੈਂਟ ਕਰਾਉਣ ਵਾਸਤੇ ਜਦੋਂ ਸਮੇਲਨ ਹੋ ਰਹੇ ਸੀ ਉਹਨਾਂ ਦਿਨਾਂ ਦਰਾਂ ਨਾਵੇਂ ਦਾ ਵਰਤਾਰਾ ਵਾਪਰ ਜਾਣਾ ਫਿਰ ਤਾਂ ਕੋਈ ਵੀ ਬਾਹਰਲਾ ਇੰਡਸਟਰੀ ਲਿਸਟ ਨਹੀਂ ਚਾਹੇਗਾ ਕਿ ਪੰਜਾਬ ਦੇ ਵਿੱਚ ਇਨਵੈਸਟਮੈਂਟ ਕੀਤੀ ਜਾਵੇ ਇਹਦਾ ਮਤਲਬ ਪੰਜਾਬ ਦਾ ਤਾਂ ਫਿਰ ਨੁਕਸਾਨ ਹੋਇਆ ਸਾਰੇ ਵਰਤਾਰੇ ਨਾਲ ਵੇਖੋ ਅੱਜ ਕੱਲ ਦੇ ਇਨਵੈਸਟਮੈਂਟ ਦੇ ਮੇਲੇ ਸਾਰਾ ਡਰਾਮਾ ਹੈ ਤੇ ਤੁਸੀਂ ਪਹਿਲੀ ਗੱਲ ਤਾਂ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੀ ਜਿਹੜੀ ਪੋਲੀਟੀਕਲ ਲਾਈਨ ਹੈ ਉਹ ਭਾਜਪਾ ਨਾਲੋਂ ਕੋਈ ਫਰਕ ਵਾਲੀ ਲਾਈਨ ਨਹੀਂ ਉਹ ਉਹਨਾਂ ਨੇ ਕਾਂਗਰਸ ਮੁਕਤ ਭਾਜਪਾ ਚਾਹੁੰਦੀ ਆ ਆਪਣੇ ਮੁਲਕ ਨੂੰ ਸਾਰਿਆਂ ਨੂੰ ਉਹ ਵੀ ਕਹਿੰਦੇ ਵੀ ਅਸੀਂ ਕਾਂਗਰਸ ਮੁਕਤ ਕਰਨਾ ਉਹਨਾਂ ਨੇ ਗੁਜਰਾਤ ਜਾ ਕੇ ਕਾਂਗਰਸ ਹਰਾਈ ਹੈ ਉਹ ਕੀ ਕੀਦੇ ਕਹੇ ਤੇ ਹਰਾਈ ਕਿਵੇਂ ਹਰਾਈ ਜਿੱਤਨ ਦਾ ਤਾਂ ਪਤਾ ਸੀ ਉੱਥੇ ਜਿੱਤਣਾ ਨਹੀਂ ਬੀਜੇਪੀ ਇਹ ਬੀਜੇਪੀ ਦੀ ਉੱਥੇ ਸੇਵਾ ਹੋਈ ਹੈ ਜਿਹੜੀ ਆਮ ਆਦਮੀ ਪਾਰਟੀ ਨੇ ਉੱਥੇ ਕੀਤੇ ਗੁਜਰਾਵ ਦੇ ਇਲੈਕਸ਼ਨ ਦੇ ਵਿੱਚ ਇਸ ਕਰਕੇ ਇੱਕ ਇਹ ਮਿਲ ਕੇ ਚੱਲਦੇ ਆ ਕਿਵੇਂ ਕਿਵੇਂ ਮਿਲ ਕੇ ਚੱਲਦੇ ਆ ਇਹ ਲੋਕਾਂ ਨੂੰ ਸਭ ਨੂੰ ਪਤਾ ਹੈ ਜਾਂ ਲੋਕਾਂ ਦੇ ਸਾਹਮਣੇ ਆ ਉਹਦਾ ਅੰਦਰਲਾ ਅੰਦਰਲੇ ਲੈਵਲ ਤੇ ਕਿਸ ਤਰ੍ਹਾਂ ਮਿਲਿਆ ਜਾਂਦਾ ਇਹਦਾ ਲੋਕਾਂ ਨੂੰ ਕੋਈ ਸਵਾਲ ਨਹੀਂ ਸਵਾਲ ਹੈ ਪਬਲੀਕਲੀ ਉਹਦਾ ਰਿਜ਼ਲਟ ਕੀ ਨਿਕਲਦਾ ਜਾਂ ਕਿਸ ਤਰੀਕੇ ਨਾਲ ਬਿਹੇਵ ਕਰਦੇ ਆ ਉੱਥੇ ਇਹ ਦੋਨੋਂ ਧਿਰਾਂ ਮਿਲ ਕੇ ਚੱਲਦੀਆਂ ਸਰ ਸਿੱਧੂ ਸਾਹਿਬ ਹੁਣ ਕੋਈ ਉਸ ਲੈਵਲ ਦੀ ਚੋਣਾ ਨਹੀਂ ਹੈ ਜਿਸ ਕਰਨਾ ਐਵੇਂ ਦਾ ਵਰਤਾਨ ਸਿਰਜ ਕੇ ਕੋਈ ਪਾਰਟੀ ਉਹਦਾ ਫਾਇਦਾ ਲੈਣਾ ਚਾਹੁੰਦੀ ਹੋਵੇ ਜਦ ਫਿਰ ਇਹ ਹੋ ਗਿਆ ਕਿ ਜੋ ਵੈਬਸਰੀ ਇਹ ਸ਼ੁਰੂ ਕੀਤੀ ਵਰਤਾਨਤਾਲੀ ਇਹਨਾਂ ਨੇ ਪਹਿਲਾਂ ਸ਼ੁਰੂ ਕਰਤੀ ਕਿਉਂਕਿ 2024 ਦੇ ਵਿੱਚ ਕੋਈ ਵੀ ਪਾਰਟੀ ਇਸ ਮਾਹੌਲ ਦਾ ਲਹਾ ਲੈ ਸਕਦੀ ਹੈ ਕੀ ਲੱਗਦਾ ਕਿ ਪਹਿਲਾਂ ਜਦ ਫਿਰ ਟ్రਾਇਲ ਕੀਤਾ ਹੋਣਾ ਹੈ ਹੋ ਸਕਦਾ ਐਵੇਂ ਦਾ ਵਰਤਾਨ ਫਿਰ ਦੁਬਾਰੇ ਸਿਰਜਿਆ ਜਾਵੇ ਤੁਹਾਨੂੰ ਕੀ ਲੱਗਦਾ ਕਿਉਂਕਿ ਲੰਮੇ ਸਮੇਂ ਤੋਂ ਤੁਸੀਂ ਪੱਤਰਕਾਰੋਂ ਪਹਿਲਾਂ ਵੀ ਐਵੇਂ ਦੇ ਵਰਤਾਰੇ ਤੁਸੀਂ ਵੇਖੇ ਨੇ ਕੀ ਲੱਗਦਾ ਕਿ ਥੋੜੀ ਕਾਲੀ ਕਰਗੇ ਕੋਈ ਕਾਲੀ ਨਹੀਂ ਕੀਤੀ ਕੈਲਕੂਲੇਟਡ ਤਰੀਕੇ ਨਾਲ ਗੱਲਬਾਤ ਹੈ ਅੰਮ੍ਰਿਤਸਰ ਦਾ ਜਦੋਂ ਵਰਤਾਰਾ ਹੋਇਆ 80 80 90 ਵਾਲਾ ਹੋਇਆ ਕਿ 84 ਜਿਹੜਾ ਜੂਨ 84 ਨਵੰਬਰ 84 ਜਿਹੜਾ ਵਾਪਰਿਆ ਉਹਦੇ ਲਈ ਵੀ 3 ਸਾਲ ਦੀ ਤਿਆਰੀ ਹੋਈ ਸੀ ਪਹਿਲਾਂ 82 ਦੇ ਵਿੱਚ ਮੋਰਚਾ ਲੱਗ ਗਿਆ ਸੀ 82 ਤੋਂ ਪਹਿਲਾਂ ਦੀ ਤਿਆਰੀ ਸੀ 78 ਤੋਂ ਹੀ ਐਕਚੁਅਲੀ ਤਿਆਰੀ ਚੱਲ ਰਹੀ ਸੀ ਸੈਂਟਰ ਦੀ ਕੇਂਦਰ ਦੀ ਤੇ ਉਸ ਕਿਸਮ ਦੀ ਤਿਆਰੀ ਸਾਰੀ ਹੈ ਇਹ ਕੋਈ ਇੱਕ ਦਿਨ ਦੀ ਤਿਆਰੀ ਨਹੀਂ ਹੁੰਦਾ ਜੇ 24 ਦੀ ਇਲੈਕਸ਼ਨ ਹੈ ਉਹਦੇ ਲਈ ਕਿੰਨਾ ਕੁ ਦੂਰ ਹੈ ਅੱਜ ਦਾ ਕੰਮ ਕਰਨਾ ਸਾ ਆਪ ਜਿਹੜਾ 23 ਦਾ ਸਾਲ ਹੈ ਇਹ ਵੀ ਅੱਧਾ ਹੋ ਗਿਆ ਕੀ ਰਹਿ ਗਿਆ 24 ਦੇ ਵਿੱਚ 24 ਦੀ ਇਲੈਕਸ਼ਨ ਲਈ ਜੇ ਤਿਆਰੀ ਕਰ ਰਹੇ ਹੈਗੇ ਲੋਕ ਸਭਾ ਦੀ ਤਿਆਰੀ ਹੋ ਰਹੀ ਹੈ ਪੋਲਰਾਈਜੇਸ਼ਨ ਕਰੋ ਸਮਾਜ ਤੋੜੋ ਟੁਕੜਿਆਂ ਚ ਕਰੋ ਤੇ ਹਿੰਦੂਤਵਾਦ ਦੀ ਸੇਵਾ ਲਈ ਤੁਸੀਂ ਮinorities ਨੂੰ ਟਾਰਗੇਟ ਕਰੋ ਜਿਹਦੇ ਚ ਦੋ ਮinorities ਸਿੱਖ ਤੇ ਮੁਸਲਮਾਨ ਕਰੋ ਇਹ ਸਾਰਾ ਹੁਣ ਸਾਡੇ ਸਾਹਦੇ ਸਾਹਮਣੇ ਹੋ ਰਿਹਾ ਤੇ ਇਸ ਕਰਕੇ ਕੋਈ ਲੇਟ ਲੂਟ ਨਹੀਂ ਕੋਈ ਦੇਰੀ ਨਹੀਂ ਉਦੋਂ ਵੀ ਐ ਕੀਤਾ ਸੀਗਾ ਉਹਦੇ ਵਿੱਚ ਫਿਰ ਇਲੈਕਸ਼ਨ ਜਿੱਤੀ ਸੀ ਇੰਦਰਾ ਗਾਂਧੀ ਦੀ ਪਾਰਟੀ ਕਾਂਗਰਸ ਬਹੁਤ ਵੱਡੇ ਲੈਵਲ ਤੇ ਜਿੱਤੀ ਸੀ ਠੀਕ ਹੈ ਉਹਦੇ ਵਿੱਚ ਇੱਕ ਅੱਧਾ ਫਰਕ ਪੈ ਗਿਆ ਵੀ ਇੰਦਰਾ ਗਾਂਧੀ ਦੀ ਜਿਹੜੀ ਮੌਤ ਹੈ ਉਹ ਕਿਸੇ ਨੇ ਕੈਸੀ ਨਹੀਂ ਸੀ ਤੇ ਇਹ ਇਹ ਹੋਰ ਬਾਕੀ ਸਾਰਾ ਕੁਝ ਪੂਰਾ ਸਕ੍ਰਿਪਟਡ ਸੀ ਉਸੇ ਤਰੀਕੇ ਨਾਲ ਪੂਰੀ ਸਕ੍ਰਿਪਟ ਲਿਖ ਕੇ ਪੂਰਾ ਪਲਾਨ ਬਣਾ ਕੇ ਆ ਸਾਰਾ ਕੁਝ ਹੋਇਆ 18 ਮਾਰਚ ਮੇਰੇ ਵਿਚਾਰ ਹੈ ਹੋ ਰਿਹਾ ਮੇਰਾ ਵਿਚਾਰ ਇਹ ਹੈ ਕਿ ਮੈਨੂੰ ਲੱਗਦਾ ਕਿ ਅਮਰਪਾਲ ਸਿੰਘ ਜਦੋਂ ਥਾਣੇ ਵਾਲੀ ਘਟਨਾ ਵਾਪਰੀ ਉਦੋਂ ਐ ਲੱਗਣ ਲੱਗਿਆ ਸੀ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਕਿ ਇੱਕ ਵੱਡੀ ਤਾਕਤ ਬਣਦਾ ਜਾ ਰਿਹਾ ਹੈ ਸਰਕਾਰ ਇੱਕ ਵਾਵਾ ਕੱਟਣਾ ਚਾਹੁੰਦੀ ਸੀ ਉਹਨੂੰ ਗ੍ਰਿਫਤਾਰ ਕਰਕੇ ਜਾ ਇੱਕ ਮਾਹੌਲ ਬਣਾ ਕੇ ਵੀ ਦੇਖੋ ਜੀ ਮੇਨ ਬੰਦਾ ਸੀ ਫੜ ਲਿਆ ਫੜਿਆ ਭਾਵੇਂ ਗਿਆਨੀ ਬਾਜੀ ਉਲਟ ਪੈ ਗਈ ਮੈਨੂੰ ਇਹ ਲੱਗਦਾ ਕਿ ਇਹ ਵਰਤਾਰਾ ਜਦੋਂ ਕੰਟਰੋਲ 'ਚ ਨਹੀਂ ਰਿਹਾ ਉਸ ਤੋਂ ਬਾਅਦ ਸਰਕਾਰ ਨੇ ਪੈਰ ਖਿੱਚਿਆ ਇੱਕਦਮ ਪੁਲਿਸ ਅਧਿਕਾਰੀ ਕੁਝ ਵੀ ਬੋਲਣ ਤੋਂ ਪਿੱਛੇ ਹਟਦੇ ਰਹੇ ਜੋ ਵੀਡੀਓ ਜੋ ਫੋਟੋਆਂ ਜੋ ਵੀ ਜਾਲੀ ਬਣਾਈਆਂ ਸੀ ਪਹਿਲਾਂ ਪੁਲਿਸ ਵਾਲੇ ਖੁਦ ਪੇਸ਼ ਕਰਦੇ ਸੀ ਬਾਅਦ ਚ ਬਿਲਕੁਲ ਚੁੱਪ ਕਰ ਲਈ ਐਨ ਲੱਗਿਆ ਕਿ ਕੋਈ ਮਾਹੌਲੇ ਨਹੀਂ ਮੀਡੀਆ ਦੇ ਵਿੱਚ ਵੀ ਅਮਰਤਪਾਲ ਦੀਆਂ ਖਬਰਾਂ ਘਟ ਗਈਆਂ ਹੁਣ ਜਦੋਂ ਪਰਪਲ ਪ੍ਰੀਤ ਨੂੰ ਫੜਿਆ ਉਹ ਵੀ ਉਸ ਲੈਵਲ ਤੇ ਨਹੀਂ ਮਤਲਬ ਪ੍ਰੋਪਾਗੈਂਡਾ ਕੀਤਾ ਗਿਆ ਇਹ ਲੱਗਦਾ ਕਿ ਸਰਕਾਰ ਦੇ ਬਾਜੀ ਪੁੱਠੀ ਪੈ ਗਈ ਮੈਨੂੰ ਤਾਂ ਇਹ ਲੱਗਦਾ ਕੋਈ ਬਾਜੀ ਨਹੀਂ ਪੁੱਠੀ ਪਈ ਇਹਨਾਂ ਦਾ ਕੈਲਕੂਲੇਸ਼ਨ ਹੈ ਤੁਸੀਂ ਥੋੜੀ ਜਿਹੀ ਇਹਦੇ ਵਿੱਚ ਇਹਦੇ ਵਿੱਚ ਬੜੀ ਸਮਰੂਪਤਾ ਸਿਮਿਲੈਰਿਟੀ ਹੈ ਬਿਲਕੁਲ ਬਰਾਬਰ ਦੀ ਜਦੋਂ ạtwal ਅਪ੍ਰੈਲ 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 ਦੇ ਵਿੱਚ ਤੇ 83 1983 ਚ ਮਾਰਿਆ ਗਿਆ ਦਰਬਾਰ ਸਾਹਿਬ ਦੀਆਂ ਪੌੜੀਆਂ ਤੋਂ ਚੜ੍ਹ ਗਿਆ ਜੀ ạtwal ਦੀ ਗੱਲ ਹੈ ਜੀ ਉਕਤਾਰ ਸਿੰਘ ạtwal ਮਾਰਿਆ ਗਿਆ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਨਿਕਲਦਾ ਤਾਂ ਉਸ ਦਿਨ ਦਰਬਾਰਾ ਸਿੰਘ ਨੇ ਚੀਫ ਮਿਨਿਸਟਰ ਪੰਜਾਬ ਨੇ ਪੁਲਿਸ ਭੇਜਣ ਦੀ ਪੁਲਿਸ ਦਾ ਬਹੁਤ ਪ੍ਰੈਸ਼ਰ ਸੀ ਸਾਰੀ ਪੁਲਿਸ ਦਾ ਵੀ ਤੁਸੀਂ ਭੇਜੋ ਪੁਲਿਸ ਭੇਜਣ ਲੱਗਿਆ ਸੀ ਦਿੱਲੀ ਨੇ ਰੋਕ ਲਿਆ ਰੋਕਿਆ ਤਾਂ ਵੀ ਉਹ ਕਹਿੰਦੇ ਸੀ ਇਸ ਮੂਵਮੈਂਟ ਨੂੰ ਇਸ ਵਰਤਾਰੇ ਨੂੰ ਜਿਹੜਾ ਅੰਦਰ ਚੱਲ ਰਿਹਾ ਹੈ ਅਸੀਂ ਹੋਰ ਖੜਾ ਕਰ ਲੈਣ ਦਿਓ ਉਦੋਂ ਸਵਾ ਸਾਲ ਪਿੱਛੋਂ ਅਟੈਕ ਕੀਤਾ ਤੇ ਇਸ ਕਰਕੇ ਜਿਹੜਾ ਇਹ ਆ ਤਾਂ ਕੁਛ ਦਿਨ ਨਹੀਂ ਲੰਘੇ ਤੁਸੀਂ ਦੇਖੋ ਵੀ 24 ਜਾਂ 26 ਫਰਵਰੀ ਨੂੰ ਇਹ ਵਰਤਾਰਾ ਹੋਇਆ ਇਸ ਦਾ ਇਹਦਾ ਜਿਹੜਾ ਅਜਨਾਲੇ ਦਾ ਤੋ 18 ਨੂੰ ਸ਼ੁਰੂ ਕਰਤਾ ਕਿਉਂਕਿ ਵਿੱਚ ਅੰਮ੍ਰਿਤਸਰ ਦਾ ਵਾਜਾ ਚੱਲ ਰਿਹਾ ਸੀ ਬੀ ਜੀ 20 ਦਾ ਤੇ ਬਾਹਰਲੇ ਦੁਨੀਆ ਦੇ ਉੱਥੇ ਜੋ ਲੀਡਰ ਆਏ ਹੋਏ ਸੀ ਜੀ 20 ਦੇ ਵਿੱਚ 20 ਮੁਲਕਾਂ ਦੇ ਉੱਥੇ ਨਮਾਇंदे ਆਏ ਹੋਏ ਸੀ ਉਹਦੇ ਹੁੰਦੇ ਕੀ ਕਰਨਾ ਸੀ ਇਸ ਕਰਕੇ ਕੁਛ ਦਿਨ ਨਹੀਂ ਲੰਘਾਏ ਉਹਨਾਂ ਨੇ ਜਾਣ ਬੁੱਝ ਕੇ ਇਸ ਬਲੋਅ ਅਪ ਕੀਤਾ ਜਾਂਦਾ ਜਾਣ ਬੁੱਝ ਕੇ ਉਹਦਾ ਇਹ ਤਾਂ ਹੁਣ ਸਾਰਾ ਕੁਝ ਡਾਕੂਮੈਂਟ ਹੋਇਆ ਵੈ ਵੀ ਇਹ ਜਾਣ ਬੁੱਝ ਕੇ ਉਹਦੋਂ ਵੇਖੋ ਅਪ੍ਰੈਲ 25 ਤੋਂ ਲੈ ਕੇ 83 ਤੋਂ ਲੈ ਕੇ ਜੂਨ 84 ਚ ਜਾ ਕੇ ਐਕਸ਼ਨ ਕੀਤਾ ਤੇ ਮਤਲਬ ਕਿ 1 ਸਾਲ 2 ਮਹੀਨੇ ਪਿੱਛੇ ਕੀਤਾ ਪਰ ਇਹ ਸਾਰੇ ਮਾਹੌਲ ਦੇ ਵਿੱਚ ਜਦੋਂ ਪੁਲਿਸ ਨੇ ਬੱਕਰੀਆਂ ਕਹਾਣੀਆਂ ਬਣਾਤੀਆਂ ਖਾਲਸਤਾਨੀ ਦੇ ਤੌਰ ਤੇ ਸ਼ੋਅ ਕਰਨ ਦੇ ਬਾਰੇ ਉਹਨਾਂ ਨੂੰ ਸਾਰੇ ਬੰਦਿਆਂ ਨੂੰ ਨਕਸ਼ੇ ਦਿਖਾਤੇ ਉਹ ਨਕਸ਼ੇ ਮਿਸਲਾਂ ਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸੀ ਉਹਨਾਂ ਨੂੰ ਤਾਂ ਖਾਲਸਤਾਨ ਦੇ ਨੇ ਕਰੰਸੀ ਵੀ ਦਿਖਾਤੀ ਉਹ ਚੋਂ ਹੁਣ ਪੰਜਾਬ ਪੁਲਿਸ ਵੀ ਬਵਾਦ ਦੇ ਵਿੱਚ ਘਿਰ ਗਈ ਆ ਐਸਜੀਪੀਸੀ ਨੇ ਵਕੀਲ ਖੜੇ ਕਰਤੇ ਕਿ ਸਾਨੂੰ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਇਹਦਾ ਮਤਲਬ ਜਿਹੜੀ ਸਕ੍ਰਿਪਟਡ ਜਿਹੜੀ ਪਹਿਲਾਂ ਗੱਲਾਂ ਸੀ ਉਹ ਹੁਣ ਪੁਲਿਸ ਨੂੰ ਉਹਦਾ ਨੁਕਸਾਨ ਚੱਲਣਾ ਪਊਗਾ ਕੋਈ ਨੁਕਸਾਨ ਨਹੀਂ ਪੁਲਿਸ ਨੇ ਜਾਣ ਕੇ ਕਿ ਪੁਲਿਸ ਕਿਹਨੂੰ ਜਵਾਬਦੇਹ ਹੈ ਜਵਾਬਦੇਹ ਪੋਲਿਟਿਸ਼ੀਅਨਾਂ ਹੈਗੇ ਜਵਾਬਦੇਹ ਭਗਵੰਤ ਮਾਨ ਹੈ ਜਾਂ ਹੋਰ ਜਿਹੜੀ ਆਮ ਆਦਮੀ ਪਾਰਟੀ ਉਹ ਜਵਾਬਦੇਹ ਪੁਲਿਸ ਕਿਹਨੂੰ ਜਵਾਬਦੇਹ ਹੈ ਨਾ ਪਹਿਲਾਂ ਉਹਨਾਂ ਨੇ ਉਸ ਵੇਲੇ ਦੇ ਜਵਾਬ ਦਿੱਤੇ ਆਗੇ ਸਾਰੀ ਮੂਵਮੈਂਟ ਦੇ ਪਹਿਲਾਂ ਜਿੰਨੇ ਇੱਥੇ ਸਾਰਾ ਕੁਝ ਹੋਇਆ ਹੈਗਾ 20 ਸਾਲ ਦੇ ਵਿੱਚ ਪੰਜਾਬ 'ਚ ਗੜਬੜ ਹੋਈ ਆ ਝੂਠੇ ਮੁਕਾਬਲੇ ਵੀ ਹੋਇਆ ਕਿਹਨੂੰ ਜਵਾਬਦੇ ਆ ਇਹ ਕਿਸੇ ਨੂੰ ਜਵਾਬ ਦੇ ਨਹੀਂ ਨਾ ਇਹਨੂੰ ਨਾ ਇਹਨਾਂ ਨੇ ਕੋਈ ਗਲਤ ਕੀਤਾ ਉਹ ਜਾਣ ਕੇ ਮਾਹੌਲ ਨੂੰ ਵਿਗਾੜਨ ਲਈ ਝੂਠੇ ਨਕਸ਼ੇ ਦਿਖਾਏਗੇ ਝੂਠੇ ਝੰਡੇ ਦਿਖਾਏਗੇ ਉਹ ਤਾਂ ਉਸੇ ਪਹਿਲੇ ਸਕ੍ਰਿਪਟ ਦਾ ਹੀ ਹਾਲਟ ਹੈ ਜਿਹੜੀ ਲਿਖੀ ਸੀ ਜਿਹੜਾ ਡਰਾਮਾ ਨਾਟਕ ਲਿਖਿਆ ਸੀ ਨਾਟਕ ਦੀ ਜਿਹੜੀ ਸਾਰੀ ਇਵਾਰਤ ਲਿਖੀ ਸੀ ਉਹਦੇ ਮੁਤਾਬਕ ਹੀ ਕਰ ਰਹੇ ਸੀ ਪਾਲ ਪਾਲ ਕੇ ਕਰੀ ਗਏ ਹੋ ਸਾਰਾ ਆਮ ਨਾਲ ਇਸੇ ਕਰਕੇ ਲੰਬਾ ਕੀ ਤੱਕ ਤੇ ਪਪਲ ਪ੍ਰੀਤ ਉਹਨਾਂ ਤੋਂ ਪਾਸੇ ਨਹੀਂ ਸੀ ਉਹਨਾਂ ਤੋਂ ਪਾਸੇ ਅਮਰਤਪਾਲ ਨਹੀਂ ਹੈ ਸਰਦੂ ਸਾਹਿਬ ਜਦੋਂ ਇਨਫੋਰਮੇਸ਼ਨ ਟੈਕਨੋਲੋਜੀ ਦਾ ਜੱਗ ਹੋਵੇ ਹਰ ਗੱਲ ਕੋਈ ਛਿੱਕ ਮਾਰਦਾ ਅਮਰੀਕਾ 3 ਮਿੰਟ ਬਾਅਦ ਪੂਰੇ ਫੈਲ ਜਾਂਦੀ ਹੈ ਕਿ ਇੰਡੀਆ ਦੇ ਵਿੱਚ ਭਾਰਤ ਚ ਕੀ ਅਮਰੀਕਾ ਚ ਕੀ ਹੋਇਆ ਇਹੋ ਜੇ ਮਾਹੌਲ ਤੇ ਜਦੋਂ ਝੂਠੀਆਂ ਕਹਾਣੀਆਂ ਬੰਦਾ ਘੜਦਾ ਉਹ ਵੀ ਜੱਗ ਜਾਹਰ ਹੋ ਜਾਂਦੀਆਂ ਨੇ ਇਹ ਫਿਰ ਬਾਜੀ ਕਈ ਵਾਰ ਪੁੱਠੀ ਪੈ ਜਾਂਦੇ ਮੈਨੂੰ ਲੱਗਦਾ ਕਿ ਅੱਜ ਦੇ ਇਸ ਸੂਚਨਾ ਤਕਨੀਕ ਦੇ ਦੌਰ ਦੇ ਵਿੱਚ ਝੂਠ ਬਿਲਕੁਲ ਨਹੀਂ ਚਾਹੀਦਾ ਲੋਕ ਵੀ ਚਾਹੁੰਦੇ ਆ ਕਿ ਸੱਚੋ ਸੱਚ ਹੋਵੇ ਤੇ ਨ타ਰਾ ਸਾਨੂੰ ਚਾਹੀਦਾ ਜਿਸ ਤਰ੍ਹਾਂ ਪਪਲਪ੍ਰੀਤ ਨੂੰ ਫੜਨ ਤੋਂ ਬਾਅਦ ਆਏ ਜੀ 1 ਮਿੰਟ ਬੋਲਿਆ ਕੀ ਲੱਗਦਾ ਕਿ ਸਵਾਲ ਤਾਂ ਖੜੇ ਬਹੁਤ ਸਾਰੇ ਹੋ ਰਹੇ ਨੇ ਵੇਖੋ ਅੱਜ ਦਾ ਅੱਜ ਦੇ ਯੁੱਗ ਦੀ ਜਿਹੜੀ ਇਸ ਕਿਸਮ ਦੀਆਂ ਸਰਕਾਰਾਂ ਚੱਲਦੀਆਂ ਸਾਰੇ ਚੱਲਦੀਆਂ ਜਿਹੜੀਆਂ ਮਤਲਬ ਕਿ ਇੱਕ ਖਾਸ ਤਬਕੇ ਦੇ ਫਾਇਦੇ ਲਈ ਕਿਤੇ ਕਾਰਪੋਰੇਟ ਸੈਕਟਰ ਦੇ ਫਾਇਦੇ ਲਈ ਜਾਂ ਉੱਪਰ ਇੱਕ ਅਮੀਰ ਕਲਾਸ ਦੇ ਫਾਇਦੇ ਲਈ ਸਰਕਾਰਾਂ ਚੱਲਦੀਆਂ ਉੱਚ ਸਰ ਉਹ ਇਹ ਏਸੇ ਝੂਠ ਦੇ ਸਾਰੇ ਚੱਲਦੀਆਂ ਤੇ ਏਸੇ ਝੂਠ ਨੂੰ ਫਿਰ ਦਬਾਉਣ ਲਈ ਜਦੋਂ ਕਿਤੇ ਸੱਚ ਨਿਕਲਦਾ ਜਾਂ ਆਹ ਚੈਨਲ ਸੱਚ ਕੱਢਦਾ ਉਸ ਚੈਨਲ ਨੂੰ ਬੰਦ ਕਰ ਦਿੱਤਾ ਜਾਂਦਾ ਹੁਣ 10 ਚੈਨਲ ਏਸੇ ਕਰਕੇ ਬੰਦ ਕੀਤੇ ਗਏ ਆ ਜਾਂ ਏਸੇ ਕਰਕੇ ਪੁਲਿਸ ਵਾਲਿਆਂ ਨੇ ਘਟੋ ਘਟ 20 25 30 ਪੱਤਰਕਾਰਾਂ ਨੂੰ ਪੁਲਿਸ ਦੇ ਫੋਨ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਫੜਿਆ ਤਾਂ ਇੰਟਰਨੈਟ ਬੰਦ ਕੀਤਾ 3-4 ਦਿਨ ਇਹ ਸਾਰਾ ਕੁਝ ਏਸੇ ਨੂੰ ਐ ਵੀ ਜੋ ਝੂਠ ਉਹਨਾਂ ਦਾ ਫੜਿਆ ਨਾ ਜਾਵੇ ਵੇਖੋ ਸਭ ਤੋਂ ਜ਼ਿਆਦਾ ਜਿਹੜਾ ਡਰ ਹੁੰਦਾ ਹੈ ਉਹ ਜਿਹੜਾ ਝੂਠ ਦੇ ਉੱਤੇ ਸਾਰਾ ਕੁਝ ਬਿਲਡ ਅਪ ਕਰਕੇ ਰਾਜ ਕਰਦਾ ਉਹਨੇ ਬਹੁਤ ਵੱਡਾ ਆਪਦਾ ਰਾਜ ਤੇ ਤਕੜਾ ਬਣਾ ਲਿਆ ਹੁੰਦਾ ਉਹਨੂੰ ਲੱਗਦਾ ਮੈਥੋਂ ਖੁੱਸ ਨਾ ਜਾਵੇ ਉਹ ਝੂਠ ਨੂੰ ਮੇਨਟੇਨ ਕਰ ਲਿਆ ਸਾਰਾ ਕੁਝ ਕਰਦਾ ਇਹ ਹੁਣ ਝੂਠ ਨੂੰ ਜਿਸ ਤਰੀਕੇ ਨਾਲ ਹੁਣ ਇੱਥੇ ਆਮ ਆਦਮੀ ਦੀ ਐਡੀ ਵੱਡੀ ਜਿੱਤ ਹੋ ਗਈ ਇਹ ਹੁਣ ਜਿੱਤ ਨੂੰ ਬਰਕਰਾਰ ਰੱਖਣ ਲਈ ਸਾਰਾ ਕੁਝ ਕਰਨਗੇ ਝੂਠ ਹੀ ਕਰਨਗੇ ਸਾਰਾ ਉਹ ਤਾਂ ਇਹਨਾਂ ਦੀ ਸੋਚੇ ਸਮਝੇ ਤੋਂ ਵੱਡੀ ਜਿੱਤੀ ਆ ਗਈ ਸਾਰੀ ਤੇ ਇਸ ਕਰਕੇ ਝੂਠ ਨੂੰ ਝੂਠ ਨੂੰ ਅੱਜ ਦੇ ਯੁੱਗ ਦੇ ਵਿੱਚ ਕਿਵੇਂ ਨਾ ਕਿਵੇਂ ਝੂਠ ਨੂੰ ਝੂਠ ਹੈ ਜਿਹੜਾ ਉਸ ਉਸ ਨੂੰ ਬਰਕਰਾਰ ਰੱਖਿਆ ਜਾਂਦਾ ਜਿਹੜਾ ਸੱਚ ਬੋਲਦਾ ਉਹਦਾ ਗਲਾ ਦੱਬਿਆ ਜਾਂਦਾ ਸਰ ਸਿੱਧੂ ਸਾਹਿਬ ਜਿਹੜਾ ਦੌਰ ਆਪਾਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਸੂਚਨਾ ਟੈਕਨੋਲੋਜੀ ਦਾ ਯੁੱਗ ਆ ਇਸ ਦੌਰ ਦੇ ਵਿੱਚ ਜਿਹੜਾ ਝੂਠ ਹੈ ਉਹ ਬਹੁਤਾ ਫੜਦਾ ਨਹੀਂ ਜਿਸ ਤਰ੍ਹਾਂ ਪੰਜਾਬੀ ਚ ਕਹਿੰਦੇ ਕਿ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਨੂੰ ਇਹਦਾ ਕੋਈ ਫਾਇਦਾ ਹੋਏਗਾ ਅੱਜ ਦੇ ਦੌਰ ਚ ਜਦੋਂ ਹਰ ਬੱਚਾ ਵੀ ਕਹਿੰਦਾ ਕਿ ਮੈਨੂੰ ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ ਫਿਰ ਕਿਵੇਂ ਸੱਚ ਨੂੰ ਛਪਾਇਆ ਜਾ ਸਕਦਾ ਤੁਸੀਂ ਦੇਖੋ ਵੀ ਹਿੰਦੂ ਰਾਸ਼ਟਰ ਦੇ ਵਿੱਚ ਜਿਹੜਾ ਬਣੂਗਾ ਵੱਡਾ ਹਿੰਦੂ ਰਾਸ਼ਟਰ ਬਣਦੇ ਚੱਕਰ ਚ ਸਾਰਾ ਕੁਝ ਕਰ ਰਹੇ ਹੈ ਹਿੰਦੂ ਰਾਸ਼ਟਰ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਜੇ ਦੁਨੀਆਂ ਵਿੱਚ ਗਰੀਬ ਲੋਕਾਂ ਦੀ ਆ ਤੋ ਹਿੰਦੂਆਂ ਦੀ ਆ ਬਹੁਤ ਵੱਡੀ ਗਿਣਤੀ ਹੈ ਉਹਨਾਂ 'ਚ 10-15% ਉੱਪਰਲੇ ਬੰਦੇ ਖਾਂਦੇ ਪੀਂਦੇ ਜਾਂ ਅਮੀਰ ਬੰਦੇ ਆ। ਬਾਕੀ ਤਾਂ ਵੱਡੀ 80-85% ਤਾਂ ਉਹਨਾਂ ਜੋ ਬੁਰੇ ਹਾਲ ਹਿੰਦੂ ਰਾਸ਼ਟਰ ਬਣ ਜੂ ਕਿਹੜਾ ਉਹਨਾਂ ਦੀ ਕੋਈ ਬੰਦ ਖਲਾਸੀ ਹੋ ਜੂ ਜਾਂ ਉਹਨਾਂ ਦੇ ਸਾਰੇ ਖੁਸ਼ਹਾਲੀ ਆ ਜੂ ਉਹਨਾਂ ਨੂੰ। ਇਸ ਕਰਕੇ ਝੂਠ ਬਿਲਡ ਅਪ ਕਰਕੇ ਹੀ ਕੀਤਾ ਜਾਂਦਾ। ਪਾਕਿਸਤਾਨ ਦੇ ਵਿੱਚ ਸੀਗਾ ਵੀ ਇਸਲਾਮਿਕ ਸਟੇਟ ਬਣੂਗੀ ਤੇ ਪਤਾ ਨਹੀਂ ਕੀ ਹੋ ਜੂ ਸਵਰਗ ਧਰਤੀ ਤੇ ਉਤਰੇ ਹੋ ਹਾਲ ਦੇਖ ਲਓ ਉੱਥੇ ਕੀ ਹੋ ਰਿਹਾ ਤੇ ਇਹ ਐਸੇ ਕਰਕੇ ਜਿਹੜੇ ਐਸ ਕਿਸਮ ਦੇ ਰਾਸ਼ਟਰ ਦਾ ਝੂਸ ਸਿਰਦੇ ਜਾਂਦੇ ਆ ਉਹਨਾਂ ਲਈ ਸਾਰਿਆ ਹੈ ਬਰਬਾਦ ਸਿਰਜਣ ਲਈ ਉਹਦੇ ਪਿੱਛੇ ਫਿਰ ਫੋਰਸ ਦਾ ਪੁਲਿਸ ਦਾ ਫੌਜ ਦਾ ਵਰਤੋਂ ਹੁੰਦੀ ਹੈ ਜ਼ੋਰ ਦੀ ਵਰਤੋਂ ਵੀ ਹੁੰਦੀ ਹੈ ਤੇ ਇਹਦਾ ਜਿਹੜਾ ਨਿਸ਼ਾਨਾ ਬਣਦੇ ਆ ਉਹ ਮਨੋਰਟੀਆ ਬਣਦੀਆਂ ਗਰੀਬ ਲੋਕ ਬਣਦੇ ਆ ਦੱਬੇ ਕਿਚਲੇ ਲੋਕ ਆ ਉਹਨਾਂ ਦੀ ਕਈ ਤਰ੍ਹਾਂ ਦੀਆਂ ਭੁੱਖ ਮਰੀਆਂ ਦੇ ਸ਼ਿਕਾਰ ਹੋ ਜਾਂਦੇ ਆ ਪਰ ਆਮ ਜਿਹੜਾ ਹਕੂਮਤ ਕਰਨਾ ਉਹਨੇ ਆਪਦੇ ਝੂਠ ਨੂੰ ਪਰਦਾ ਪੋਸ਼ੀ ਲਈ ਬਰਕਰਾਰ ਰੱਖਣੀ ਰੱਖਣੀ ਹੈ ਉਹ ਕਰ ਰਿਹਾ ਸਾਰ ਪਰ ਜਿਸ ਤਰ੍ਹਾਂ ਇੱਕ ਮੰਗ ਉੱਠੀ ਆ ਕਿ ਜਿਸ ਤਰ੍ਹਾਂ ਕੋਈ ਖਾਲਸਤਾਨ ਦਾ ਜੇ ਨਾਅਰੇ ਲਾਉਂਦਾ ਹੈ ਉਹਤੇ ਕੇਸ ਹੋ ਜਾਂਦਾ ਉਹਨੂੰ ਫੜ ਕੇ ਅੰਦਰ ਦੇ ਦਿੰਦੇ ਆ ਜੇਕਰ ਕੋਈ ਹਿੰਦੂ ਰਾਸ਼ਟਰਵਾਦ ਦਾ ਨਾਅਰਾ ਲਾਉਂਦਾ ਉਹਤੇ ਵੀ ਫਿਰ ਉਤਾਰਾ ਲੱਗਣੀ ਚਾਹੀਦੀ ਹੈ ਕਿਉਂਕਿ ਇੱਕ ਪਾਸੇ ਸੀ ਕਹਿੰਦੇ ਸਾਡਾ ਦੇਸ਼ ਧਰਮ ਅਧਰਪੱਖਾ ਦੂਜੇ ਪਾਸੇ ਕਿਸੇ ਵੀ ਧਰਮ ਕਰ ਦੇਸ਼ ਦੇ ਨਾਅਰੇ ਲਾਉਣੇ ਉਹ ਗਲਤ ਹੈ ਚਾਹੇ ਕੋਈ ਮੁਸਲਮਾਨ ਦੇਸ਼ ਦਾ ਲਾਉਂਦਾ ਹੋਵੇ ਚਾਹੇ ਕੋਈ ਹਿੰਦੂ ਦਾ ਚਾਹੇ ਇਸਾਈ ਦਾ ਤੁਹਾਨੂੰ ਲੱਗਦਾ ਕਿ ਕਿਤਨਾ ਕਦੇ ਬਹੁ ਗਣਤੀ ਇਹ ਏਜੰਡਾ ਜਾਣ ਬੁੱਝ ਕੇ ਸੈੱਟ ਕਰ ਰਹੀ ਹੈ ਕਿ ਉਹਨਾਂ ਬੰਦੇ ਤੇ ਕਾਰਵਾਈ ਨਹੀਂ ਕਰਦੀ ਜੋ ਹਿੰਦੂ ਰਾਸ਼ਟਰਵਾਦ ਦਾ ਨਾਅਰਾ ਲਾਉਂਦੇ ਨੇ ਬਾਕੀਆਂ ਤੇ ਕਰਦੀ ਹੈ ਇਹ ਤਾਂ ਠੀਕ ਹੈ ਗੱਲੇ ਹੁੰਦੀ ਐਵੇਂ ਆ ਧਰਮ ਦੇ ਨਾਂ ਉੱਤੇ ਜਿਹੜੀ ਥੋੜੀ ਫਿਰਕਾਪਰਸਤੀ ਖੜੀ ਕਰਨੀ ਹੁੰਦੀ ਆ ਜਾਂ ਪੋਲਿਟਿਕਸ ਕਰਨੀ ਹੁੰਦੀ ਆ ਉਹ ਸਾਡੇ ਸਬ ਕੌਂਟੀਨੈਂਟ 'ਚ ਹੋਈ ਆ ਉਹਦੇ 'ਚ ਹੁਣ ਤਿੰਨ ਮੁਲਕ ਤਾਂ ਬਣ ਗਏ ਦੋ ਮੁਲਕਾਂ ਤੋਂ ਬੰਗਲਾਦੇਸ਼ ਵੱਖਰਾ ਹੋ ਗਿਆ ਪਾਕਿਸਤਾਨ ਹੋ ਗਿਆ ਸਾਰਾ ਇਹ ਇਹ ਧਰਮ ਦੇ ਨਾਂ ਉੱਤੇ ਤਾਂ ਇਸੇ ਕਰਕੇ ਅਸੀਂ ਖਾਲਸਾਤਾਨ ਦਾ ਵੀ ਕਹਿੰਦੇ ਵੀ ਨਹੀਂ ਚਾਹੀਦਾ ਇਹ ਜੇ ਅਜੇ ਖਾਲਸਾਤਾਨ ਦਾ ਵੀ ਕੋਈ ਬਣਿਆ ਜਾਊਗਾ ਸਾਰਾ ਕੁਝ ਉਹਦੇ 'ਚ ਵੀ ਇਹੀ ਸਾਰਾ ਕੁਝ ਹੋਊਗਾ ਜੇ ਫਰਜ਼ੀ ਦਾ ਖਾਲਸਾਤਾਨ ਦੀ ਸਰਕਾਰ ਆ ਜੇ ਫਿਰ ਸਿੱਖਾਂ ਦੀ ਗੱਲ ਹੋਊ ਦੂਜਿਆਂ ਦੀ ਨਹੀਂ ਹੋ ਸਕਦੀ ਇਹੀ ਪ੍ਰੋਬਲਮਾਂ ਹੁੰਦੀਆਂ ਜਮਹੂਰੀਅਤ ਵਿੱਚ ਬਰਾਬਰ ਦੀ ਗੱਲਬਾਤ ਆ ਜਿਹੜਾ ਸਿਟੀਜ਼ਨਸ਼ਿਪ ਨੂੰ ਬਰਾਬਰ ਦੇ ਅਧਿਕਾਰ ਆ ਉਹ ਧਰਮ ਆਧਾਰਿਤ ਪੋਲਿਟਿਕਸ ਤੋਂ ਪਾਸੇ ਹੀ ਆ ਸਕਦੇ ਆ ਤੇ ਇਸੇ ਕਰਕੇ ਡੈਮੋਕਰੈਟਿਕ ਜਮੂਰੀਅਤ ਅਧਿਕਾਰ ਅਧਿਕਾਰਾਂ ਨਾਲ ਹੀ ਚਲਦੀ ਸਾਰੀ ਗੱਲਬਾਤ ਤੇ ਇਹ ਇਹ ਜਿਹੜਾ ਧਰਮ ਦੇ ਨਾਮ ਤੇ ਅਸੀਂ ਤਜਰਬਾ ਕਰ ਚੁੱਕੇ 70 70 ਸਾਲਾਂ ਦੇ ਦੌਰਾਨ ਖਾਲਸਤਾਨ ਦੀ ਜਿਹੜੀ ਵਿਆਖਿਆ ਉਹਦਾ ਵੀ ਥੋੜਾ ਰੂਪ ਬਦਲਿਆ ਜਾਣ ਲੱਗ ਪਿਆ ਹੈ ਅਮਰੀਕਾ ਦੇ ਵਿੱਚ ਜੋ ਆਪਣੇ ਇੰਡੀਅਨ ਰਾਜਦੂਤ ਨੇ ਉਹਨਾਂ ਨੇ ਕਿਹਾ ਕਿ ਖਾਲਸ ਰਾਜ ਪਵ ਰਾਜ ਵਧੀਆ ਰਾਜ ਹੁਣ ਕੁਝ ਹੋਰ ਜਿਹੜੇ ਨੇ ਪੰਤਕਲੋਕ ਉਹ ਵੀ ਕਹਿਣ ਲੱਗ ਪਏ ਨੇ ਕਿ ਖਾਲਸਾ ਦਾ ਮਤਲਬ ਉਹ ਨਹੀਂ ਕਿ ਇਕੱਲੇ ਉਹ ਰੇ ਸਿੱਖ ਰਣਗੇ ਕਿ ਚੰਗਾ ਰਾਜ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਵੀ ਜੋੜ ਦਿੰਦੇ ਆ ਕੀ ਲੱਗਦਾ ਕਿ ਜਿਹੜਾ ਅਰਥ ਜਦੋਂ ਹੁਣ ਚੇਂਜ ਹੋਣ ਲੱਗ ਪੈਣਾ ਇਹਦੇ ਪਿੱਛੇ ਕੋਈ ਰਣਨੀਤੀ ਹੈ ਕੋਈ ਅਰਥ ਚੇਂਜ ਨਹੀਂ ਹੋਇਆ ਨਾ ਇਹਨਾਂ ਤੋਂ ਹੋ ਸਕਦੇ ਆ ਰਣਜੀਤ ਸਿੰਘ ਦਾ ਰਾਜ ਬਿਲਕੁਲ ਵੱਖਰਾ ਸੀ ਰਣਜੀਤ ਸਿੰਘ ਜਿਹੜਾ ਰਣਜੀਤ ਸਿੰਘ ਤੋਂ ਪਹਿਲਾਂ 18ਵੀਂ ਸਦੀ 'ਚ 100 ਸਾਲ ਸਿੱਖ ਲੜੇ ਸੀਗੇ ਅਬਦਾਲੀ ਤੇ ਹੋਰ ਸਾਰੇ ਜਿਹੜੇ ਹਮਲਾਵਰ ਸੀ ਉਹਨਾਂ ਦੇ ਵਿਰੁੱਧ ਉਹਨਾਂ ਵਿੱਚੋਂ ਉਹ ਇੱਕ ਲੜਾਕੂ ਹਮਲਾਵਰ ਅਗਵਾਈ ਵੈਨਗਾਰਡ ਇੱਕ ਫੌਜ ਨਿਕਲਿਆਈ ਸੀ ਕਿ ਸਾਰੀ ਜਿਹੜੇ ਲੜਦੇ ਸੀ ਤੇ ਉਸ ਦੀ ਸਪੋਰਟ ਵਿੱਚ ਹਿੰਦੂਆ ਨੇ ਵੀ ਕੀਤੀ ਸਪੋਰਟ ਉਸ ਵੇਲੇ ਤੇ 55% ਬਹੁ ਗਿਣਤੀ ਇੱਥੇ ਮੁਸਲਮਾਨ ਸੀ ਉਹਨਾਂ ਨੇ ਵੀ ਕੀਤੀ ਸਪੋਰਟ ਆਪਣੇ ਆਪ ਕੀਤੀ ਸਪੋਰਟ ਲਈ ਨਹੀਂ ਕਦੋਂ ਕਹਿੰਦਾ ਰਣਜੀਤ ਸਿੰਘ ਨੇ ਵੀ ਮੈਂ ਇੱਥੇ ਰਾਜ ਕਰਨਾ ਤੁਸੀਂ ਮੇਰੀ ਮਦਦ ਕਰੋ ਰਾਜ ਫੌਜ ਦੇ ਸਿਰ ਤੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਉਸ ਤਰੀਕੇ ਨਾਲ ਅੱਜ ਅੱਜ ਤੁਸੀਂ ਡੈਮੋਕਰੈਟਿਕ ਤਰੀਕੇ ਨਾਲ ਆ ਵੋਟਾਂ ਦੇ ਰਾਜ ਹੈ ਅੱਜ ਤਾਂ ਤੁਹਾਨੂੰ ਪਤਾ ਕਰਨਾ ਪਊ ਵੀ ਇਹ ਤੁਹਾਨੂੰ ਤੁਸੀਂ ਇਹੋ ਜਿਹੀਆਂ ਪਾਲਿਸੀਆਂ ਘੜੋਗੇ ਕੱਲਾ ਖਾਲਸ ਰਾਜ ਕਿਸੇ ਨਹੀਂ ਚੱਲਦਾ ਔਰਤਾਂ ਦਾ ਕੀ ਤਰੀਕ ਇੱਥੇ ਹੋਊਗਾ ਸਟੇਟਸ ਦਲਤਾਂ ਦਾ ਕੀ ਹੋਊਗਾ ਆਰਥਿਕ ਤਾਂ ਕਿਸ ਕਿਸਮ ਦੀ ਹੋਊ ਪੋਲੀਟੀਕਲ ਨਿਜਾਮ ਕਿਸ ਕਿਸਮ ਦਾ ਹੋ ਸਾਰੀਆਂ ਗੱਲਾਂ ਦਾ ਜਵਾਬ ਦੇਣੇ ਤੁਹਾਨੂੰ ਬਣਦੇ ਆ ਪਹਿਲਾ ਜਵਾਬ ਦਿਓ ਵੀ ਆ ਸਾਡਾ ਬਲੂਪ੍ਰਿੰਟ ਹੋਊਗਾ ਅਸੀਂ ਇਸ ਦੇ ਹੰਦਰਾਜ ਕਰਾਂਗੇ ਦੱਸੇ ਖਾਲਸਤਾਨ ਵਾਲੇ ਕਰਕੇ ਦਿਖਾਉਣ ਸਾਰਾ ਇਹ ਕਹਿਣ ਨਾਲ ਤਾਂ ਨਹੀਂ ਚੱਲਦਾ ਕਿ ਨਾ ਕੱਲਾ ਖਾਲਸ ਰਾਜ ਹੋ ਇਸ ਨਾਲ ਨਹੀਂ ਕੰਮ ਚੱਲਦਾ ਤੇ ਜਾਂ ਅਸੀਂ ਬਹੁਤ ਵਧੀਆ ਰਾਜ ਕਰਾਂਗੇ ਅਸੀਂ ਹਿੰਦੂਆਂ ਤੇ ਕਹਿਣ ਨਾਲ ਕੋਈ ਨਹੀਂ ਮੰਨਦਾ ਤੁਹਾਡੇ ਪ੍ਰੈਕਟੀਕਲ ਲਾਈਫ ਕੀ ਹੈ ਪ੍ਰੈਕਟੀਕਲ ਤੁਹਾਡਾ ਪ੍ਰੋਗਰਾਮ ਲੋਕਾਂ 'ਚ ਲੈ ਕੇ ਕੀ ਜਾਣਦੇ ਹੋ ਉਹ ਦੱਸੋ ਤੁਸੀਂ ਤੇ ਇੱਕ ਤਾਂ ਜਿਹੜਾ ਅਖਬਾਰਾਂ ਚ ਪਪਲ ਪ੍ਰੀਤ ਬਾਰੇ ਛਪਿਆ ਤੁਸੀਂ ਡਿਟੇਲ ਦੱਸਦੇ ਸੀ ਉਹ ਚ ਕੋਈ ਹੋਰ ਗੱਲ ਕੀ ਆ ਜਿਹੜੀ ਤੁਹਾਨੂੰ ਲੱਗਦਾ ਕਿ ਵਰਤਾਰੇ ਤੋਂ ਥੋੜਾ ਅਲੱਗ ਨਜ਼ਰ ਆਉਂਦੀ ਹੈ ਪਪਲ ਪ੍ਰੀਤ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਸਾਡੇ ਮੁਤਾਬਕ ਅੱਛਾ ਇਹ ਜਸਟੀਫਾਈ ਕਰਦੀ ਹੈ ਪੁਲਿਸ ਵੀ ਬਹੁਤ ਵੱਡੀ ਅਸੀਂ ਕੈਚ ਕੀਤੀ ਜਾਣ ਕੇ ਉਹਨੂੰ ਅੱਗੇ ਅੱਗੇ ਭਜਾਈ ਕੇ ਅੱਗੇ ਅੱਗੇ ਭਜਾਈ ਕੇ ਪਤਾ ਹੀ ਸੀ ਇਹਨਾਂ ਨੂੰ ਕਿੱਥੇ ਕਿੱਥੇ ਆ ਉਦੋਂ ਫੜਿਆ ਜਦੋਂ ਉਹਨਾਂ ਨੂੰ ਲੱਗਾ ਹੁਣ ਵੀ ਬਹੁਤ ਵੱਡੀ ਗੱਲ ਐ ਇਹ ਸਸੀ ਵੱਡੀ ਬਹੁਤ ਵੱਡਾ ਬੰਦਾ ਸੀ ਬੜੀ ਕੈਚ ਕਰ ਲਈ ਪਪਲ ਪ੍ਰੀਤ ਦਾ ਕਿੰਨਾ ਕਿ ਮਤਲਬ ਕਿ ਬੇਸ ਹੈ ਅਸੀਂ ਫੜਨਾ ਉਹਦਾ ਗਲਤ ਹੈ ਅਸੀਂ ਇਹਦੇ ਹੱਕ ਚ ਨਹੀਂ ਫੜਨਦੇ ਐਨਐਸਏ ਲਾਉਣਾ ਵੀ ਗਲਤ ਹੈ ਇਹ ਅਸੀਂ ਤਾਂ ਇਹ ਵੀ ਕਹਿੰਨੇ ਅਮਰਪਾਲ ਨੇ ਵੀ ਕੁਝ ਨਹੀਂ ਕੀਤਾ ਕਿਉਂ ਫੜਿਆ ਜਾਵੇ ਕਿਉਂ ਐਨਐਸਏ ਲਾਇਆ ਜਾਵੇ ਉਹਦਾ 575 ਵਾਲਾ ਕੇਸ ਆ ਉਹਦੇ ਤੇ ਜੇ ਬਣਦਾ ਤਾਂ ਤੋ ਕੁਛ ਵੀ ਨਹੀਂ ਬਣਦਾ ਅਸੀਂ ਤਾਂ ਇਸ ਗੱਲ ਦੇ ਸਾਰੇ ਜਿੰਨੇ ਫੜਿਆ ਗਲਤ ਫੜਿਆ ਗਲਤੀ ਕਰ ਰਿਹਾ ਪਰ ਜੋ ਉਹ ਆਪ ਦੀ ਪੋਲਿਟਿਕਸ ਆ ਉਹਦਾ ਨੈਰੇਟਿਵ ਬਰਤਾਨਦ ਖੜਾ ਕਰ ਲਈ ਕਿਸੇ ਹਿੰਦੂਤਵਾਦੀ ਸੇਵਾ ਵਿੱਚ ਇਹ ਕੰਮ ਕਰ ਰਹੇ ਆ ਤੇ ਇਹ ਇੱਕ ਪਲਾਨ ਹੈ ਸਕ੍ਰਿਪਟਡ ਹੈ ਸਾਰਾ ਕੁਝ ਪਰ 12 15 ਦਿਨ ਪਹਿਲਾਂ ਜਦੋਂ ਹੁਸ਼ਿਆਰਪੁਰ ਤੋਂ ਦੋਨੇ ਜਣੇ ਦੌੜੇ ਆ ਉਦੋਂ ਜੋ ਮੈਨੂੰ ਸੂਤਰਾਂ ਤੋਂ ਪਤਾ ਲੱਗਿਆ ਕਿ 4.5 ਘੰਟੇ ਦੀ ਲੋਕੇਸ਼ਨ ਅਮਰਪਾਲ ਦੀ ਤੇ ਪਪਲਪ੍ਰੀਤ ਦੀ ਜਿਹੜੀ ਹੁਸ਼ਿਆਰਪੁਰ ਦੀ ਯਾਰੀ ਸੀ ਫਿਰ ਉੱਥੇ ਦੌੜ ਗਏ ਨੇ ਜੇਪੁਰ ਸਚੌਂਦੀ ਲੋਕਲ ਪੁਲਸ ਮੌਕੇ ਤੇ ਫੜ ਸਕਦੀ ਸੀ ਪਰ ਕਹਿੰਦੇ ਉਦੋਂ ਵੀ ਕੋਈ ਗੱਲਬਾਤ ਚੱਲਦੀ ਸੀ ਕਿ ਕਿਸੇ ਰਹੀਂ ਇਹਨਾਂ ਦੋਨਾਂ ਨੇ ਆਤਮ ਸਮਰਪਣ ਕਰਨਾ ਸੀ ਹੁਣ ਕਿਹਾ ਇਹਨੇ ਪਪਲਪ੍ਰੀਤ ਨੇ ਕਿ 28 ਮਾਰਚ ਤੋਂ ਬਾਅਦ ਅਮਰਤਵਾਲ ਪਤਾ ਨਹੀਂ ਕਿੱਥੇ ਮੈਨੂੰ ਨਹੀਂ ਪਤਾ ਕੀ ਲੱਗਦਾ ਫਿਰ ਇਹਦਾ ਮਤਲਬ ਜਿਹੜੇ ਦੋਏ ਬੰਦੇ ਪਕੜੇ ਸੀ ਇਹਨਾਂ ਦੀ ਵੀ ਸਰਕਾਰ ਨਾਲ ਸਾਟਗਾਂਟ ਹੋ ਗਈ ਸੀ ਇਹ ਅਸੀਂ ਇਹ ਜੀ ਇਹਦੇ ਤੇ ਕੁਝ ਨਹੀਂ ਠੋਸ ਕਿਹਾ ਜਾ ਸਕਦਾ ਪਰ ਇਹ ਸਾਰਾ ਕੁਝ ਇਹਦੇ ਪਿੱਛੇ ਸਾਰਾ ਕੁਝ ਜਿਹੜਾ ਚੱਲ ਰਿਹਾ ਉਹ ਕੋਈ ਰਹੱਸਵਾਦੀ ਨਹੀਂ ਹੈ ਉਹ ਪੋਲਿਟਿਕਸ ਹੈ ਕਿੰਨੀ ਪੋਲਿਟਿਕਸ ਦੋਨਾਂ ਸਾਈਡਾਂ ਤੋਂ ਕਿੰਨੀ ਕਿਹੜਾ ਪੋਲਿਟਿਕਸ ਕਰਦਾ ਜਾਂ ਦੋਨੋਂ ਮਿਲ ਕੇ ਕਰਦੇ ਆ ਇਹ ਸਾਨੂੰ ਨਹੀਂ ਪਤਾ ਪਰ ਇਹ ਹੈ ਵੀ ਇਹ ਕੋਈ ਵੀ ਫੜਨ ਫੜਾਉਣ ਵਾਲੀ ਗੱਲ ਹੈ ਨਹੀਂ ਇਹਨਾਂ ਨੂੰ ਵੈਸੇ ਹੀ ਖੜਾ ਕੀਤਾ ਜਾ ਰਿਹਾ ਦੋਨਾਂ ਨੂੰ ਪਪਲਪ੍ਰੀਤ ਤੇ ਅਮਰਤਪਾਲ ਨੂੰ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਨਾ ਇਹਨਾਂ ਦੇ ਪਿੱਛੇ ਲੋਕ ਤੁਰਿਆ ਖਾਲੀ ਥੋੜੇ ਜਿਹੇ ਬੰਦੇ ਜਿਹੜੇ ਇਹਨਾਂ ਦੇ ਪਿੱਛੇ ਲੱਗੇ ਸੀਗੇ ਉਹ ਹੁੰਦੇ ਹੀ ਆ ਸਮਾਜ ਦੇ ਵਿੱਚ ਇੰਨਾ ਕਿੱਸਾ ਉਹਨਾਂਕ ਲੱਗਿਆ ਸੀ ਇਸ ਵਰਤਾਰੇ ਦੀ ਪੰਜਾਬ ਤੇ ਪੰਜਾਬੀਅਤ ਨੂੰ ਕਿੰਨਾ ਕੁ ਨੁਕਸਾਨ ਆ ਇਸ ਵਰਤਾਰੇ ਦਾ ਸਭ ਤੋਂ ਵੱਡੀ ਖੁਸ਼ੀ ਆ ਨੁਕਸਾਨ ਤਾਂ ਬਹੁਤ ਕਰਨਾ ਸੀ ਇਹਨਾਂ ਨੇ ਸਭ ਤੋਂ ਵੱਡੀ ਖੁਸ਼ੀ ਆ ਇਹ ਪੰਜਾਬ ਦੇ ਲੋਕ ਵਰਗਲਾਏ ਨਹੀਂ ਗਏ ਇਸ ਝੂਠ ਦੇ ਵਿੱਚ ਫਸੇ ਨਹੀਂ ਇਸ ਜਾਲ ਨੂੰ ਉਹਨਾਂ ਨੇ ਮੰਨਿਆ ਹੀ ਨਹੀਂ ਤੋ ਉਹਨਾਂ ਨੇ ਪ੍ਰਵਾਹ ਨਹੀਂ ਕੀਤਾ ਵੀ ਇਹ ਕੋਈ ਬਹੁਤ ਵੱਡੀ ਗੱਲ ਸੀਗੀ ਪੁਲਿਸ ਨੇ ਕੀਤੀ ਉਹ ਸਾਰਿਆਂ ਨੂੰ ਇਹ ਪਤਾ ਹੈ ਪਹਿਲੀ ਵਾਰੀ ਹੋਇਆ ਵੀ ਇਹ ਪੁਲਿਸ ਨੇ 1.5 ਮਹੀਨਾ ਮਹੀਨੇ ਦਾ ਤਾਂ ਤਕਰੀਬਨ ਇਹ ਸਾਰਾ ਕੁਝ ਕਰ ਰਹੇ ਆ ਤੇ ਲੋਕਾਂ ਤੇ ਕੋਈ ਅਸਰ ਨਹੀਂ ਲੋਕ ਕਹਿੰਦੇ ਵੀ ਪੁਲਿਸ ਸਾਹਿਬ ਦੀ ਆਵਾਜ਼ ਆਤੀਆਂ ਕਰ ਰਹੀ ਆ ਕਰੀ ਜਾਣਦੇ ਹੋ ਤੇ ਇਸ ਕਰਕੇ ਕੋਈ ਲੋਕਾਂ ਤੇ ਅਸਰ ਨਹੀਂ ਹੋਇਆ ਤੇ ਇਹ ਤਾਂ ਬਾਦੂ ਦੀ ਐਕਸਰਸਾਈਜ਼ ਬਾਦੂ ਦਾ ਪੈਸਾ ਪੰਜਾਬ ਦੇ ਟੈਕਸ ਪੇਅਰ ਦਾ ਪੈਸਾ ਲੋਕਾਂ ਦਾ ਪੈਸਾ ਇੱਥੇ ਖਰਚਾ ਜਾ ਰਿਹਾ ਤੇ ਗਲਤ ਕੀਤਾ ਜਾ ਰਿਹਾ ਸਾਰਾ ਤੇ ਪੰਜਾਬ ਲਈ ਤਾਂ ਫਿਰ ਨੁਕਸਾਨ ਹੈਗਾ ਹੀ ਹੈ ਪੰਜਾਬ ਲਈ ਬਿਲਕੁਲ ਨੁਕਸਾਨ ਪੰਜਾਬ ਦੇ ਵਿੱਚ ਐਵੇਂ ਲੋਕਾਂ ਦਾ ਡਵੈਲਪਮੈਂਟ ਤੇ ਪੈਸਾ ਲਾਉਣ ਦੀ ਖਾਤਰ ਧਿਆਨ ਦੂਜੇ ਪਾਸੇ ਖਿੱਚਿਆ ਪਿਆ ਤੇ ਆ ਗਲਤ ਪੈਸੇ ਲਾ ਰਹੇ ਹੋ ਸਾਰੇ ਕੁਝ ਤੇ ਖਰਚਾ ਕਰ ਰਹੇ ਹੋ ਹੋਰ ਫੌਜ ਭਰਤੀ ਕਰ ਲੋ ਹੋਰ ਪੁਲਿਸ ਲਾਓ ਹੁਣ ਜਿਹੜੀਆਂ ਇੱਥੇ ਕੰਪਨੀਆਂ ਲਿਆਣ ਦੀਆਂ 18 ਕੇ 20 ਕੰਪਨੀਆਂ ਇੱਥੇ ਜਿਹੜੀਆਂ ਪੈਰਾ ਮਿਲਟਰੀ ਫੋਰਸਸ ਦੇ ਲੈਂਦੀਆਂ ਇੱਥੇ ਪੰਜਾਬ ਚ ਦਿੱਲੀ ਤੋਂ ਹੋਮ ਮਿਨਿਸਟਰੀ ਨੇ ਸੈਂਕਸ਼ਨ ਕੀਤੀਆਂ ਸਾਰਿਆਂ ਦੇ ਪੈਸੇ ਪੰਜਾਬ ਨੂੰ ਦੇਣੇ ਪੈਣਗੇ ਬਿਲਕੁਲ ਗੱਲ ਹੈ ਨਹੀਂ ਪੰਜਾਬ ਦੇ ਵਿੱਚ ਕੋਈ ਪੈਸੇ ਉਹਦੇ ਪਰੀ ਜਾਓ ਠੀਕ ਹੈ ਅੱਗੇ ਵੀ ਇਸੇ ਤਰੀਕੇ ਨਾਲ ਪੰਜਾਬ ਕਰਜ਼ਾਈ ਹੋਇਆ ਸੀਗਾ ਪਹਿਲਾਂ ਵੀ ਤੇ ਹੁਣ ਵੀ ਆਹ ਫਰਦ ਹੋਰ ਕਰਜ਼ਾ ਕਿਸੇ ਦੀ ਪੋਲਿਟਿਕਸ ਦਾ ਕਰਜ਼ਾ ਪੰਜਾਬੀਆ ਦੇ ਸਿਰ ਤੇ ਚੜਾਇਆ ਜਾ ਰਿਹਾ ਤੇ ਪੰਜਾਬੀਆਂ ਨੂੰ ਕਰਜ਼ਾਈ ਕੀਤਾ ਜਾ ਰਿਹਾ ਠੀਕ ਹੈ ਸੋ ਸਾਰੀ ਚਰਚਾ ਤੋਂ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਤੇ ਪੰਜਾਬੀਅਤ ਦੇ ਸਾਰਾ ਵਰਤਾਰਾ ਉਲਟ ਸੀ ਮੌਜੂਦਾ ਸਰਕਾਰ ਨੂੰ ਚਾਹੀਦਾ ਕਿ ਪੰਜਾਬ ਦੇ ਪੱਖ ਵਿੱਚ ਵੱਡੇ ਫੈਸਲੇ ਕਰਕੇ ਅਮਲੀ ਤੌਰ ਤੇ ਲਾਗੂ ਕੀਤੇ ਜਾਣ ਇਸ ਤਰ੍ਹਾਂ ਦੇ ਜਿਹੜੇ ਵਰਤਾਰੇ ਨਾਮ ਤਵਿਕ ਵਿੱਚ ਸਿਰਜੇ ਜਾਣ ਕਿਉਂਕਿ ਪੰਜਾਬ ਦੇ ਸਿਰ ਤੇ ਹੋਰ ਕਰਜ਼ਾ ਵੀ ਚੜੇਗਾ ਪੰਜਾਬ ਦੀ ਜਵਾਨੀ ਤੇ ਛੁੱਟੇ ਕੇਸ ਵੀ ਪੈਣਗੇ ਸੋ ਵੱਡਾ ਨੁਕਸਾਨ ਸਾਹਮਣੇ ਆਏਗਾ ਸਾਡੀ ਸਰਕਾਰ ਉਸਤੇ ਲਗਾਤਾਰ ਨਜ਼ਰ ਪਣੀ ਰਹੇਗੀ ਕੈਮਰਾਮੈਨ ਅਜੇ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ